ਪੰਜਾਬ ਦਰਪਣ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਲਵਲੀ ਬਹੁਤ ਬਹੁਤ ਸਵਾਗਤ ਕਰਦਾ ਅਤੇ ਸਾਰਿਆਂ ਨੂੰ ਪਿਆਰ ਦੇ ਸਤਿਕਾਰ ਦੇ ਨਾਲ ਬੁਲਾਉਣਾ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਫਿਰ ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ ਸਵਾਲ ਤੁਹਾਡੇ ਜਵਾਬ ਸਾਡੇ ਜੋ ਕਿ ਤੁਸੀਂ ਪੰਜਾਬ ਦਰਪਣ ਨਿਊਜ਼ ਦੇ ਮਾਧਿਅਮ ਰਾਹੀਂ ਹਰ ਐਤਵਾਰ ਨੂੰ ਸ਼ਾਮ 7 ਵਜੇ ਸਾਡੇ ਯੂਟਿਊਬ ਚੈਨਲ 'ਤੇ ਅਤੇ ਫੇਸਬੁੱਕ ਰਾਹੀਂ ਸਾਡੇ ਨਾਲ ਜੁੜਦੇ ਹੋ ਅਤੇ ਇਸ ਪ੍ਰੋਗਰਾਮ ਨੂੰ ਦੇਖਦੇ ਹੋ। ਦਰਸ਼ਕੋ, ਪਹਿਲਾਂ ਤਾਂ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੱਧ ਚੜ੍ਹ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਇਆ, ਆਪਣੇ ਸਵਾਲ ਸਾਡੇ ਤੱਕ ਰੱਖੇ ਅਤੇ ਇਸ ਵਾਰ ਦਾ ਜੋ ਮੁੱਦਾ ਸੀ ਅਸੀਂ ਕੁਝ ਦਿਨ ਪਹਿਲਾਂ ਤੁਹਾਡੇ ਸਾਹਮਣੇ ਰੱਖਿਆ ਸੀ, ਕੋਵਿਡ-19 ਕਰੋਨਾ ਵਾਇਰਸ। ਇਸ ਮੁੱਦੇ ਨੂੰ ਲੈ ਕੇ ਤੁਸੀਂ ਆਪੋ ਆਪਣੇ ਸਵਾਲ ਸਾਡੇ ਤੱਕ ਰੱਖੇ, ਸਾਨੂੰ ਮੈਸੇਜ ਭੇਜੇ, ਸਾਨੂੰ ਵਟਸਐਪ 'ਤੇ ਆਪਣੇ ਮੈਸੇਜ ਬੋਲ ਕੇ ਭੇਜੇ। ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਸਾਰੇ ਹੀ ਸਵਾਲਾਂ ਦੇ ਜਵਾਬ ਦੇਣ ਦੇ ਲਈ ਜੋ ਸਾਡੇ ਸਤਿਕਾਰਯੋਗ ਸ਼੍ਰੀ SMO ਸਾਹਿਬ ਡਾਕਟਰ ਅਮਰਦੀਪ ਸਿੰਘ ਜੀ ਦੁੱਗਲ, ਜੋ ਕਿ ਸ਼ਾਹਕੋਟ CHC ਦੇ ਵਿੱਚ ਵਿਸ਼ੇਸ਼ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਰਹੇ ਆ, ਉਹ ਸਾਡੇ ਨਾਲ ਅੱਜ ਆਏ ਆ ਸਟੂਡੀਓ ਦੇ ਵਿੱਚ, ਤੁਹਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਦੇਣਗੇ ਅਤੇ ਆਪਾਂ ਕੋਸ਼ਿਸ਼ ਕਰਾਂਗੇ ਜਿਹੜੇ ਸਵਾਲ ਤੁਹਾਡੇ ਸਾਂਝੇ ਰੂਪ ਵਿੱਚ ਆਏ ਆ ਉਹਨਾਂ ਸਾਰੇ ਸਵਾਲਾਂ ਨੂੰ ਆਪਾਂ ਆਪਣੇ ਪੰਜਾਬ ਦਰਪਣ ਨਿਊਜ਼ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਤੱਕ ਰੱਖ ਸਕੀਏ। ਸੋ ਦਰਸ਼ਕੋ, ਸਭ ਤੋਂ ਪਹਿਲਾਂ ਆਪਾਂ ਆਪਣੇ ਮਹਿਮਾਨ ਜੀ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਪੰਜਾਬ ਦਰਪਣ ਨਿਊਜ਼ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਪੰਜਾਬ ਦਰਪਣ ਨਿਊਜ਼ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਹਾਂ ਕਿ ਤੁਸੀਂ ਮੈਨੂੰ ਆਪਦੇ ਸਟੂਡੀਓ ਵਿੱਚ ਆਉਣ ਦਾ ਮੌਕਾ ਦਿੱਤਾ ਹੈ। ਠੀਕ ਹੈ ਦਰਸ਼ਕੋ, ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕੋਵਿਡ-19 ਬਾਰੇ ਜਿਹੜੀ ਆਪਾਂ ਕਰੋਨਾ ਵਾਇਰਸ ਦੀ ਗੱਲ ਕਰਨ ਜਾ ਰਹੇ ਹਾਂ ਉਹਦੀ ਆਪਾਂ ਸ਼ੁਰੂਆਤ ਇਸ ਤਰੀਕੇ ਨਾਲ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੋਂ ਇਹਦੀ ਜਾਣਕਾਰੀ ਲੈਂਦੇ ਹਾਂ। ਡਾਕਟਰ ਸਾਹਿਬ, ਇਹ ਕੋਵਿਡ-19 ਹੈ ਕੀ? ਕਰੋਨਾ ਵਾਇਰਸ ਦੀ ਜਿਹੜੀ ਮਹਾਂਮਾਰੀ ਆ, ਜਿਹੜੀ ਇਹ ਭਿਆਨਕ ਰੂਪ ਧਾਰਨ ਕਰ ਚੁੱਕੀ ਆ ਪੂਰੇ ਸੰਸਾਰ ਦੇ ਅੰਦਰ, ਸਾਨੂੰ ਪਹਿਲਾਂ ਬੇਸਿਕ ਇਹਦੀ ਜਾਣਕਾਰੀ ਦਿਓ ਵੀ ਇਹ ਕਰੋਨਾ ਵਾਇਰਸ ਹੁੰਦਾ ਕੀ ਹੈ। ਅਸਲ ਜੀ, ਕਰੋਨਾ ਇੱਕ ਬੇਸਿਕਲੀ ਵਾਇਰਸ ਦਾ ਨਾਮ ਹੈਗਾ ਜਿਹੜਾ ਕਿ ਵੁਹਾਨ ਚਾਈਨਾ ਵਿੱਚ 2019 ਦੇ ਵਿੱਚ ਸ਼ੁਰੂਆਤ ਹੋਈ ਸੀ ਉਹਦੀ, ਤੇ ਸ਼ੁਰੂਆਤ ਚਾਈਨਾ 'ਚ ਜ਼ਰੂਰ ਹੋਈ ਸੀ ਪਰ ਦੇਖਦੇ ਦੇਖਦੇ ਕਿਉਂਕਿ ਚਾਈਨਾ ਦੇ ਲੋਕ ਵੈਸੇ ਇਸ ਵੇਲੇ ਬੜਾ ਵਿਕਸਿਤ ਦੇਸ਼ ਹੈ, ਉਹਦੇ ਜਿਹੜੇ ਲੋਕ ਹੈ ਆਲਮੋਸਟ ਕਾਫੀ ਕੰਟਰੀ ਵਿੱਚ ਉਹਦਾ ਆਉਣਾ ਜਾਣਾ ਹੈ ਔਰ ਕਾਫੀ ਕੰਟਰੀਜ਼ ਦੇ ਲੋਕ ਚਾਈਨਾ ਵਿੱਚ ਵੀ ਜਾ ਰਹੇ ਸੀਗੇ, ਤੇ ਸ਼ੁਰੂਆਤ ਜ਼ਰੂਰ ਚਾਈਨਾ ਤੋਂ ਹੋਈ ਪਰ ਦੇਖਦੇ ਦੇਖਦੇ ਸਮੇਂ ਆਉਣ ਨਾਲ ਇਹ ਬਿਮਾਰੀ ਬਾਕੀ ਦੇਸ਼ਾਂ ਵਿੱਚ ਵੀ ਫੈਲਦੀ ਗਈ ਤੇ ਫਿਰ ਇੱਕ ਐਸਾ ਟਾਈਮ ਆ ਗਿਆ ਕਿ ਜਦੋਂ ਆਪਾਂ ਜੇ ਸਾਰੇ ਪਾਸੇ ਐਸ ਗਲੋਬਲੀ ਦੇਖੀਏ ਵਰਲਡ ਵਿੱਚ, ਤੇ ਫਿਰ ਅਲਟੀਮੇਟਲੀ ਆਲਮੋਸਟ ਸਾਰੀਆਂ ਹੀ ਕੰਟਰੀਜ਼ ਇਸ ਦੀਆਂ ਲਪੇਟ ਵਿੱਚ ਆ ਗਈਆਂ ਤੇ ਇੱਕ WHO ਨੂੰ ਇਸ ਹੱਦ ਤੱਕ ਇਸ ਬਿਮਾਰੀ ਬਾਰੇ ਸੋਚਣਾ ਪਿਆ ਕਿ ਉਹਨਾਂ ਨੂੰ ਇਹ ਬਿਮਾਰੀ ਪੈਂਡੈਮਿਕ, ਮੇਰੇ ਕਹਿਣ ਦਾ ਮਤਲਬ ਇੱਕ ਮਹਾਮਾਰੀ ਦੇ ਰੂਪ ਵਿੱਚ ਡਿਕਲੇਅਰ ਕਰਨੀ ਪਈ। ਸੋ ਅੱਜ ਦੀ ਡੇਟ ਵਿੱਚ ਕਰੋਨਾ ਕਿਉਂਕਿ ਸਾਰੇ ਵਰਲਡ ਵਿੱਚ ਫੈਲ ਗਿਆ ਤੇ ਇਹਨੂੰ ਅਸੀਂ ਪੈਂਡੈਮਿਕ WHO ਵੱਲੋਂ ਡਿਕਲੇਅਰ ਕਰ ਦਿੱਤਾ ਗਿਆ। ਠੀਕ ਹੈ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਇਹ ਕਰੋਨਾ ਵਾਇਰਸ ਜਿਹੜਾ ਕੋਵਿਡ-19 ਜਿਹਨੂੰ ਨਾਮ ਦਿੱਤਾ ਗਿਆ, ਇਹ ਕਿਵੇਂ ਫੈਲਦਾ ਹੈ, ਕਿਵੇਂ ਇਹ ਲੋਕ ਇਹਦੇ ਸੰਪਰਕ ਵਿੱਚ ਆਉਂਦੇ? ਜੀ, ਇਹ ਇੱਕ ਬਹੁਤ ਜ਼ਰੂਰੀ ਸਵਾਲ ਹੈ ਕਿਉਂਕਿ ਹੈ ਤਾਂ ਇੱਕ ਵਾਇਰਸ ਹੈ ਜਿਹੜਾ ਬੰਦਾ ਇਹਨੂੰ ਜਿਹਦੇ ਅੰਦਰ ਹੈ ਵਾਇਰਸ ਚਲਾ ਜਾਂਦਾ ਹੈ ਉਹ ਇਸ ਬਿਮਾਰੀ ਦਾ ਮਤਲਬ ਸ਼ਿਕਸਤ ਹੋ ਜਾਂਦਾ ਹੈ, ਪਰ ਪ੍ਰੋਬਲਮ ਹੈ ਕਿ ਉਹ ਦੂਸਰੇ ਇਨਸਾਨ ਨੂੰ ਕਿਸ ਤਰ੍ਹਾਂ ਹੁੰਦੀ ਹੈ। ਸੋ ਇਹ ਅਸਲ 'ਚ ਦੇਖਣ 'ਚ ਆਇਆ ਵੀ ਇਹ ਡਰੋਪਲੈਟ ਇਨਫੈਕਸ਼ਨ, ਮਤਲਬ ਲਾਈਕ ਜਦੋਂ ਇੱਕ ਇਨਸਾਨ ਜਿਹਨੂੰ ਕਿ ਕਰੋਨਾ ਹੈਗਾ ਉਹ ਜਦੋਂ ਖੰਘਦਾ ਛਿੱਕ ਮਾਰਦਾ ਜਾਂ ਆਪਣੇ ਉਹ ਜਿਹੜੇ ਕੋਈ ਉਹਦੇ ਉਹਨੇ ਹੱਥ ਮੂੰਹ ਨੂੰ ਆਪਣੇ ਲਾਇਆ ਹੁੰਦਾ ਜਾਂ ਉਹਦੇ ਮੂੰਹ ਦਾ ਜਿਹੜਾ ਆਪਾਂ ਸਲਾਈਵਾ ਕਹਿੰਦੇ ਹਾਂ ਜਾਂ ਛਿੱਕ ਦਾ ਜਿਹੜਾ ਕਈ ਵਾਰੀ ਆਪਾਂ ਅੱਗੇ ਮੂੰਹ ਦੇ ਹੱਥ ਰੱਖ ਕੇ ਛਿੱਕ ਮਾਰ ਲਈ ਵੀ ਜਿਹੜਾ ਉਹਦੇ ਤੇ ਕੋਈ ਡਿੱਗ ਜਾਂਦਾ, ਉਹੀ ਚੀਜ਼ ਆਪਾਂ ਕਿਤੇ ਹੋਰ ਹੱਥ ਲਾ ਤਾ ਉੱਥੇ ਕੋਈ ਹੋਰ ਹੱਥ ਲਾ ਦੇ। ਸੋ ਮੇਨ ਅਸੀਂ ਕਹਾਂਗੇ ਕਿ ਜਿਹੜਾ ਇਹਦਾ ਫੈਲਦਾ ਖੰਘ ਛਿੱਕਾਂ ਨਾਲ, ਇੱਕ ਕਰੋਨਾ ਦਾ ਮਰੀਜ਼ ਅਗਰ ਪੋਜ਼ਿਟਿਵ ਆ ਉਹਦੇ ਕੋਲ ਆਪਾਂ ਬਾੜੀ ਦੇਰ ਬੈਠ ਕੇ ਉਹਦੇ ਨਾਲ ਬਹੁਤ ਕਲੋਜ਼ ਕੰਟੈਕਟ 'ਚ ਬੈਠੇ ਹੋਏ ਆ ਜਾਂ ਉਹਦੇ ਜਾਂ ਜਿੱਥੇ ਉਹਨੇ ਹੱਥ ਵਗੈਰਾ ਜਿਹੜੇ ਉਹਦੀ ਵਾਇਰਸ ਜਿਹੜੇ ਉਹਦੇ ਸਰੀਰ 'ਤੇ ਲੱਗਾ ਹੋਇਆ ਉਹ ਜਿੱਥੇ ਜਿੱਥੇ ਉਹਦਾ ਹੱਥ ਲੱਗਦਾ ਤੇ ਇੱਕ ਨੋਰਮਲ ਆਦਮੀ ਉਹ ਵਾਲੇ ਹੱਥ ਉੱਥੇ ਲਾ ਕੇ ਤੇ ਆਪਦੇ ਮੂੰਹ ਨੂੰ ਲਾ ਲੈਂਦਾ ਤੇ ਉਹ ਫਿਰ ਇੱਕ ਦੂਸਰੇ ਤੋਂ ਹੋਣ ਦਾ ਸ਼ੰਕਾ ਹੁੰਦਾ। ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਦਾ ਇੱਕ ਬਹੁਤ ਜ਼ਰੂਰੀ ਸਵਾਲ ਤੁਹਾਡੇ ਕੋਲ ਵੀ ਲੋਕ ਪੁੱਛਦੇ ਹੋਣਗੇ, ਸਾਡੇ ਕੋਲ ਬਹੁਤ ਸਾਰੇ ਮੈਸੇਜਸ ਆਏ ਆ ਜਲੰਧਰ ਤੋਂ ਵੀ, ਲੁਧਿਆਣੇ ਤੋਂ ਵੀ, ਇਹਨਾਂ ਨੇ ਇੱਕ ਪ੍ਰਮੁੱਖ ਤੌਰ 'ਤੇ ਸਾਂਝੇ ਰੂਪ 'ਚ ਸਵਾਲ ਸਾਡੇ ਕੋਲ ਆਇਆ ਵੀ ਜਿਹੜੀਆਂ ਲੇਡੀਜ਼ ਘਰਾਂ ਦੇ ਵਿੱਚ ਹੈ ਅਤੇ ਉਹ ਬਾਹਰੋਂ ਸਬਜ਼ੀ ਵੇਚਣ ਵਾਲੇ ਕੋਲੋਂ ਜਾਂ ਫਰੂਟ ਵਾਲੇ ਕੋਲ ਫਰੂਟ ਲੈ ਲੈਂਦੀਆਂ, ਸਬਜ਼ੀ ਲੈ ਲੈਂਦੀਆਂ ਜਾਂ ਆਪਾਂ ਮਾਰਕੀਟ ਤੋਂ ਕੁਛ ਫਰੋਜ਼ਨ ਫੂਡ ਅੱਜ ਕੱਲ੍ਹ ਬਹੁਤ ਟ੍ਰੈਂਡ ਚੱਲਿਆ, ਫਰੋਜ਼ਨ ਫੂਡ ਆਪਾਂ ਲੈ ਕੇ ਘਰਾਂ ਨੂੰ ਆ ਜਾਂਦੇ ਹਾਂ, ਉਹਨੂੰ ਕਿਹੜੇ ਇਤਿਹਾਦ ਵਰਤਣੇ ਚਾਹੀਦੇ ਨੇ
ਜਿੱਦਾਂ ਕੋਈ ਸਬਜ਼ੀ ਘਰੇ ਲਿਆਉਂਦੀ ਹੈ ਉਹਨੂੰ ਕਿਵੇਂ ਵਰਤਣਾ ਚਾਹੀਦਾ ਹੈ, ਕੀ ਉਹਦੇ ਨਾਲ ਵੀ ਕਰੋਨਾ ਫੈਲਦਾ? ਦੇਖੋ ਇਹ ਇੱਕ ਬੜਾ ਜ਼ਰੂਰੀ ਚੀਜ਼ ਹੈ ਕਿ ਇਹ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਸਬਜ਼ੀ ਦੀਆਂ, ਫਰੂਟ ਦੀਆਂ, ਫਲ ਦੀਆਂ ਜਾਂ ਹੋਰ ਆਪਾਂ ਕਰਿਆਨੇ ਦੀਆਂ ਆਈਟਮਸ, ਇਸ ਤੋਂ ਬਗੈਰ ਆਪਣਾ ਗੁਜ਼ਾਰਾ ਨਹੀਂ ਹੋ ਸਕਦਾ। ਸੋ ਇਹ ਚੀਜ਼ਾਂ ਘਰ ਵਿੱਚ ਆਉਣੀਆਂ ਹੀ ਆਉਣੀਆਂ, ਪਰ ਇਹਦੇ ਨਾਲ ਨਾਲ ਆਪਾਂ ਨੂੰ ਕੁਛ ਇੱਕ ਪ੍ਰੀਕੋਸ਼ਨ ਜਿਹੜੇ ਬਣਦੇ ਆ। ਹੁਣ ਜਿਵੇਂ ਆਪਾਂ ਬਾਹਰੋਂ ਫਰੂਟ ਹੀ ਲੈ ਰਹੇ ਹੈਗੇ ਹਾਂ, ਹੁਣ ਸਾਨੂੰ ਨਹੀਂ ਪਤਾ ਕਿ ਉਹ ਜਿਹੜਾ ਸਬਜ਼ੀ ਵਾਲਾ ਉਹਨੇ ਕਿੰਨੀ ਕੁ ਉਹਨੇ ਸਫਾਈ ਰੱਖੀ ਹੋਈ ਹੈ, ਕਿੰਨਾ ਕੁ ਉਹਨੇ ਉੱਤੇ ਕਿੰਨੇ ਕੁ ਬੰਦਿਆਂ ਨੇ ਉਹ ਫਰੂਟ ਵਾਲਾ ਜਿਹੜਾ ਸਮਾਨ ਹੈ ਉਹਨੂੰ ਹੱਥ ਲਾਇਆ ਹੋਇਆ, ਕਿੰਨਾ ਕੁ ਉਹ ਮਤਲਬ ਉੱਤੇ ਕੋਈ ਵਾਇਰਸ ਹੋ ਵੀ ਸਕਦਾ। ਸੋ ਆਪਣੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਆਪਾਂ ਜਦੋਂ ਇਹੋ ਜਿਹਾ ਸਮਾਨ ਘਰ ਲੈ ਕੇ ਆਉਂਦੇ ਹਾਂ, ਆਪਾਂ ਉਹਨੂੰ ਜਿਵੇਂ ਗਰੋਸਰੀ ਹੈ, ਜਿਵੇਂ ਆਪਾਂ ਕਰਿਆਨੇ ਦੀ ਦੁਕਾਨ ਤੇ ਗਏ, ਆਪਾਂ ਨੂੰ ਇਹੀ ਚਾਹੀਦਾ ਹੈ ਕਿ ਉਹ 2-3 ਘੰਟੇ ਲਈ, 4 ਘੰਟੇ ਲਈ ਸਮਾਨ ਥੋੜਾ ਸਾਈਡ ਤੇ ਉਹਨੂੰ ਰੱਖ ਦਿਓ। ਬਿਲਕੁਲ। ਫਿਰ ਉਸ ਤੋਂ ਬਾਅਦ ਜਿਹੜੇ ਲਿਫਾਫੇ ਦੇ ਵਿੱਚ ਉਹ ਹੈਗਾ ਉਹ ਚੋਂ ਕੱਢ ਕੇ ਤੇ ਆਪਾਂ ਕਿਸੇ ਡੱਬੇ ਵਿੱਚ ਉਹਨੂੰ ਪਾ ਲਈਏ, ਤੇ ਜਿਹੜਾ ਉੱਪਰਲਾ ਲਿਫਾਫਾ ਹੈ ਉਹਨੂੰ ਆਪਾਂ ਡਸਟਬਿਨ ਵਿੱਚ ਸਿੱਟ ਦਈਏ। ਖੁੱਲੇ ਡਸਟਬਿਨ ਵਿੱਚ ਨਹੀਂ ਸਿੱਟਣਾ, ਬੰਦ ਡਸਟਬਿਨ ਵਿੱਚ ਸਿੱਟਣਾ, ਤੇ ਉਸ ਤੋਂ ਬਾਅਦ ਆਪਣੇ ਚੰਗੀ ਤਰ੍ਹਾਂ ਜਿਹੜੇ ਹੱਥ ਜਿਹੜੇ ਹੈਗੇ ਆ ਉਹ ਸਾਫ਼ ਕਰ ਲਈਏ ਸਾਬਣ ਦੇ ਪਾਣੀ ਨਾਲ, ਠੀਕ ਹੈ। ਦੂਸਰਾ ਆ ਜਾਂਦਾ ਜਿਵੇਂ ਕਿ ਆਪਾਂ ਫਰੂਟ ਲੈਂਦੇ ਹਾਂ, ਹਨਾ, ਹੁਣ ਕੇਲੇ ਹੈ, ਸੇਬ ਹੈ, ਅੰਬ ਹੈ, ਹੁਣ ਆਪਾਂ ਉਹਨਾਂ ਨੂੰ ਵੀ ਇੱਦਾਂ ਹੀ ਕਰਨਾ ਚਾਹੁੰਦੇ ਹਾਂ ਕਿ ਆਪਾਂ ਇਹ ਇਹਨਾਂ ਨੂੰ ਲਿਆ ਕੇ ਥੋੜੀ ਦੇਰ ਲਈ 2-3 ਘੰਟੇ ਲਈ ਸਾਈਡ ਤੇ ਰੱਖ ਦਿਓ। ਕੋਸ਼ਿਸ਼ ਕਰੋ ਇਹਨੂੰ ਧੁੱਪੇ ਨਾ ਰੱਖੋ, ਕਿਉਂਕਿ ਇਹ ਫਰੂਟ ਜਦੋਂ ਤੁਸੀਂ ਡਾਇਰੈਕਟਲੀ ਧੁੱਪੇ ਰੱਖੋਗੇ ਖਰਾਬ ਹੋਣ ਦੇ ਚਾਂਸਿਸ ਬਹੁਤ ਵੱਧ ਜਾਂਦੇ ਆ। 2-3 ਘੰਟਿਆਂ ਤੋਂ ਬਾਅਦ ਅੱਛੀ ਤਰ੍ਹਾਂ ਫਰੂਟ ਨੂੰ ਵਗਦੇ ਪਾਣੀ ਨਾਲ, ਜਾਂ ਇੱਥੇ ਤੱਕ ਇਹ ਵੀ ਕਿਹਾ ਜਾਂਦਾ ਹੈ ਕਿ ਥੋੜਾ ਜਿਹਾ ਆਪਾਂ ਪੋਟਾਸ਼ੀਅਮ ਪਰਮੈਂਗਨੇਟ ਦੇ ਟੱਬ ਵਿੱਚ ਪਾ ਕੇ ਉਹ 'ਚ ਆਪਾਂ ਫਰੂਟ ਸਾਫ਼ ਕਰਕੇ ਤੇ ਉਹਨੂੰ ਆਪਾਂ ਬਾਅਦ ਵਿੱਚ ਆਰਾਮ ਨਾਲ ਕੱਟ ਕੇ ਤੇ ਉਹਨੂੰ ਖਾ ਸਕਦੇ ਹਾਂ। ਇੱਕ ਜਿਹੜੀ ਗਲਤੀ ਆਪਾਂ ਕਈ ਕਰਦੇ ਹੁੰਦੇ ਆ, ਸੈਨੇਟਾਈਜ਼ਰ ਲਾ ਕੇ ਫਰੂਟ ਨੂੰ ਸਾਫ਼ ਕਰੀ ਜਾਂਦੇ, ਨਹੀਂ ਉਹਦਾ ਕੋਈ ਰੋਲ ਨਹੀਂ ਹੈ, ਉਹਦਾ ਕੋਈ ਫਾਇਦਾ ਨਹੀਂ ਹੈ, ਸਗੋਂ ਨੁਕਸਾਨ ਹੈ। ਸੋ ਇਹੀ ਹਾਲ ਮੈਂ ਦੇਖਦਾ ਕਈ ਵਾਰੀ ਆਪਾਂ ਤੁਹਾਡੇ ਕੋਲ ਜਦੋਂ ਸਵਾਲ ਆਉਂਦਾ, ਮੇਰੇ ਕੋਲ ਵੀ ਪੁੱਛਦੇ ਆ ਜੀ ਅਖਬਾਰ ਬਣਦੀ ਹੈ, ਜਾਂ ਕਈ ਵਾਰੀ ਆਪਾਂ ਬਾਹਰ ਜਾਂਦੇ ਹਾਂ ਕੋਈ ਪੈਸੇ ਦਿੰਦੇ ਆ ਜਾਂ ਦੁਕਾਨਦਾਰ ਨੇ ਸਾਨੂੰ ਪੈਸੇ ਦੇ ਦਿੱਤੇ ਵੀ ਹੁਣ ਕੀ ਕਰੀਏ। ਸੋ ਇਹਨਾਂ ਚੀਜ਼ਾਂ ਬਾਰੇ ਵੀ ਇੱਦਾਂ ਹੀ ਹੈ ਕਿ ਅਖਬਾਰ ਆ ਰਹੀ ਹੈ ਕਿ ਆ ਰਹੀ ਹੈ, ਕੋਈ ਗੱਲ ਨਹੀਂ, ਜੇ ਅਖਬਾਰ ਆ ਰਹੀ ਹੈ ਉਹਨੂੰ 2-3 ਘੰਟੇ ਲਈ ਸਾਈਡ ਤੇ ਰੱਖੋ, ਉਸ ਤੋਂ ਬਾਅਦ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ। ਪੈਸੇ ਹੈ ਇੱਦਾਂ ਹੀ, ਜੇ ਕਰੰਸੀ ਹੈਗੀ ਆ ਥੋੜ੍ਹਾ ਉਹਨੂੰ ਇੱਕਦਮ ਯੂਜ਼ ਨਾ ਕਰੋ, 2-2 ਘੰਟੇ ਬਾਅਦ ਉਹ ਵਾਇਰਸ ਦਾ ਅਸਰ ਖਤਮ ਹੋ ਜਾਂਦਾ ਫਿਰ ਆਪਣਾ। ਪਰ ਇੱਕੋ ਹੀ ਮੇਰੀ ਸਲਾਹ ਦੇ ਨਾਲ ਨਾਲ ਹੈ ਕਿ ਆਪਾਂ ਜਦੋਂ ਇਹ ਬਾਹਰਲੀਆਂ ਚੀਜ਼ਾਂ ਯੂਜ਼ ਕਰਨੀ ਹੈ, ਚਾਹੇ ਉਹ ਫਰੂਟ ਹੈ, ਚਾਹੇ ਕੋਈ ਜਿੱਥੇ ਉਹਨਾਂ ਦੀ ਸਫਾਈ ਉੱਥੇ ਥੋੜੇ ਨਾਲ ਦੀ ਨਾਲ ਲੱਗਦੇ ਆ, ਤਾਂ ਆਪਣੇ ਜਿਹੜੇ ਹੱਥ ਹੈ ਸਾਬਣ ਔਰ ਪਾਣੀ ਨਾਲ ਸਾਫ਼ ਕਰ ਲੈ। ਠੀਕ ਹੈ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਹਾਂ ਫੈਲਾਅ ਦੀ, ਕਿਵੇਂ ਫੈਲਦਾ। ਇੱਕ ਸ਼ਬਦ ਬੜਾ ਪ੍ਰਚਲਿਤ ਹੋਇਆ ਆਪਣੀ ਕਮਿਊਨਿਟੀ ਵਿੱਚ ਵੀ, ਵੈਸਟਰਨ ਕੰਟਰੀਜ਼ ਦੇ ਵਿੱਚ ਵੀ, ਕਮਿਊਨਿਟੀ ਸਪਰੈਡ। ਜੀ, ਕਮਿਊਨਿਟੀ ਸਪਰੈਡ ਦਾ ਕੀ ਮਤਲਬ ਹੈ ਤੇ ਇਹਦਾ ਸਾਡੇ ਜੀਵਨ ਦੇ ਉੱਤੇ ਕੀ ਅਸਰ? ਦੇਖੋ ਕਮਿਊਨਿਟੀ ਜਿਹੜਾ ਹੈ ਨਾ ਕਰੋਨਾ, ਇਹ ਜਦੋਂ ਫੈਲਦਾ ਹੈ ਇਹ ਨੋਰਮਲੀ ਏਦਾਂ ਹੁੰਦਾ ਹੈ ਕਿ ਇੱਕ ਬੰਦੇ ਨੂੰ ਹੋਇਆ, ਹੁਣ ਜਿਵੇਂ ਇੱਕ ਘਰ ਦੇ ਵਿੱਚ 6-7 ਫੈਮਿਲੀ ਮੈਂਬਰ ਹੈ, ਉਹਨਾਂ 'ਚੋਂ ਇੱਕ ਨੂੰ ਹੋ ਗਿਆ, ਅਗਲੀ ਵਾਰ ਜੇ ਦੇਖਿਆ 2-4-6 ਦਿਨਾਂ ਬਾਅਦ ਬਾਕੀਆਂ ਦੇ ਘਰ ਦੇ ਟੈਸਟ ਕਰਾਏ ਤੇ ਉਹਨਾਂ ਨੂੰ ਵੀ ਪਾਇਆ ਗਿਆ ਕਿ ਉਹ ਹੋ ਗਿਆ। ਉਹਨੂੰ ਆਪਾਂ ਕਹਿੰਦੇ ਹਾਂ ਜੀ ਇੱਕ ਨੂੰ ਹੋਇਆ ਸੀ, ਉਹਦੇ ਜਿਹੜੇ ਬਾਕੀ ਦੇ 6 ਨੂੰ ਹੋ ਗਿਆ ਉਹ ਉਹਦੇ ਕੰਟੈਕਟ ਸੀਗੇ। ਸੋ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਜੀ ਇਹਨਾਂ ਤੋਂ ਹੋਇਆ। ਹੁਣ ਆਪਾਂ ਕੀ ਕਰਦੇ ਹਾਂ ਜਦੋਂ ਆਪਾਂ ਕਿਸੇ ਵੇਲੇ ਪੂਲ ਸੈਂਪਲਿੰਗ ਕਰਦੇ ਹਾਂ, ਜਿਵੇਂ ਅੱਜ ਕੱਲ੍ਹ ਅਸੀਂ ਹਸਪਤਾਲਾਂ ਦੇ ਵਿੱਚ ਕੋਸ਼ਿਸ਼ ਚੱਲ ਰਹੀ ਹੈ ਵੀ ਹਰ ਇੱਕ ਵਰਗ ਦੇ ਵਿੱਚੋਂ ਕੋਈ ਸਬਜ਼ੀ ਵਾਲਾ ਹੈ, ਕੋਈ ਕਰਿਆਨੇ ਵਾਲਾ, ਜਾਂ ਉਦਾਂ ਹੀ ਕੋਈ ਨਸ਼ੇ ਦੀ ਦਵਾਈ ਜਿਹੜਾ ਛੱਡਣਾ ਪਿਆ ਉਹਦੇ ਕਰ ਲਏ, ਮਤਲਬ ਡਿਫਰੈਂਟ ਕੈਟੇਗਰੀਜ਼ ਤੋਂ ਅਸੀਂ ਟੈਸਟ ਲੈ ਰਹੇ ਹਾਂ, ਤੇ ਜਦੋਂ ਦੇਖਣ ਜਾਏ ਕਿ ਉਹਨਾਂ ਜਿਹੜੇ ਕਿਨੇ ਵਾਰੀ ਮਤਲਬ ਵਿੱਚੋਂ ਕੋਈ ਕਿਸੇ ਦਾ ਪੋਜ਼ਿਟਿਵ ਆ ਜਾ ਰਿਹਾ ਔਰ ਉਹਦਾ ਕਿਸੇ ਕਰੋਨਾ ਵਾਲੇ ਮਰੀਜ਼ ਦੇ ਨਾਲ ਕੋਈ ਤਾਲੁਕ ਹੀ ਨਹੀਂ ਹੈ, ਉਹ ਉਹਨੂੰ ਮਿਲ ਹੀ ਨਹੀਂ ਰਿਹਾ, ਉਹਦੇ ਕੰਟੈਕਟ ਵਿੱਚ ਹੀ ਨਹੀਂ ਆ ਰਿਹਾ, ਤੇ ਫਿਰ ਇੱਕ ਤਰ੍ਹਾਂ ਦਾ ਖਤਰੇ ਦੀ ਘੰਟੀ ਵੱਜਦੀ ਹੈ, ਇਹਦਾ ਮਤਲਬ ਇਹ ਹੈ ਕਿ ਉਹਦਾ ਕੋਈ ਕੰਟੈਕਟ ਨਹੀਂ ਹੈ। ਸੋ ਇਹਦਾ ਮਤਲਬ ਹੈ ਕਿ ਇਹ ਹੁਣ ਮਤਲਬ ਇੱਕ ਤਰ੍ਹਾਂ ਦਾ ਸਮਾਜ ਦੇ ਵਿੱਚ ਬੁਰੀ ਤਰ੍ਹਾਂ ਫੈਲ ਰਿਹਾ। ਸੋ ਅਸੀਂ ਉਹਨੂੰ ਕਮਿਊਨਿਟੀ ਸਪਰੈਡ ਕਹਿੰਦੇ ਹਾਂ, ਔਰ ਕਮਿਊਨਿਟੀ ਸਪਰੈਡ ਨੂੰ ਸਾਡੀ ਜਿਹੜੀ ਸਰਕਾਰ ਹੈ, ਸਾਡਾ ਮਹਿਕਮਾ ਹੈ, ਸਾਡਾ ਜਿਹੜਾ ਇਹ ਸਾਰਾ ਰਿਸਰਚ ਸੈਂਟਰ ਹੈ, ਅਸੀਂ ਚਾਹੁੰਦੇ ਹਾਂ ਕਿ ਕਮਿਊਨਿਟੀ ਸਪਰੈਡ ਨਾ ਹੋਵੇ, ਕਿਉਂਕਿ ਜਦੋਂ ਕਮਿਊਨਿਟੀ ਸਪਰੈਡ ਹੋਇਆ ਉਸ ਤੋਂ ਬਾਅਦ ਜਿਹੜਾ ਕੇਸਿਸ ਜਿਹੜੇ ਆ ਆਉਣ ਦੀ ਆਸ਼ੰਕਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਠੀਕ ਹੈ, ਚਲੋ ਡਾਕਟਰ ਸਾਹਿਬ ਇਹ ਤਾਂ ਗੱਲ ਹੋ ਗਈ ਵੀ ਕਿਵੇਂ ਇਹ ਫੈਲਦਾ। ਹੁਣ ਆਪਾਂ ਨੂੰ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਜ਼ਰੂਰ ਦਿਓ ਵੀ ਇਹਦੇ ਬਚਾਅ ਦੇ ਕਿਹੜੇ ਕਿਹੜੇ ਵਿਕਲਪ ਨੇ, ਜੀ ਕਿਵੇਂ ਬਚਿਆ ਜਾ ਸਕਦਾ, ਤੇ ਜਾਂ ਇੱਕ ਲੋਕਾਂ 'ਚ ਬੜਾ ਵੱਡਾ ਸਹਿਮ ਦਾ ਮਾਹੌਲ ਹੈ ਵੀ ਜਿਹੜੇ ਬੰਦੇ ਨੂੰ ਕਰੋਨਾ ਵਾਇਰਸ ਹੋ ਗਿਆ ਉਹ ਅੱਜ ਵੀ ਮਰ ਗਿਆ ਤੇ ਕੱਲ੍ਹ ਵੀ ਮਰ ਗਿਆ। ਦੇਖੋ ਇਹ ਇੱਕ ਬੜਾ ਵੱਡਾ ਸਵਾਲ ਹੈ ਕਿ ਆਪਾਂ ਕਰੋਨਾ ਬਾਰੇ ਇੰਨੀ ਗਲਤ ਧਾਰਨਾ ਬਣਾ ਲਈ ਹੈ ਵੀ ਇਹ ਇੱਕ ਜੇ ਹੋ ਗਿਆ ਤਾਂ ਬਚਣਾ ਨਹੀਂ। ਦੇਖੋ ਕਰੋਨਾ ਇੱਕ ਆਮ ਫਲੂ ਵਰਗੀ ਬਿਮਾਰੀ ਹੈ, ਔਰ ਯਕੀਨ ਮੰਨੋ ਕਿ ਜਿਹੜੇ
जिन्हां दी सेहत अच्छी है, जिन्हां दी उम्र 60 साल तो घट है, कोई उन्होंने शुगर की तकलीफ नहीं है, कोई उन्होंने हार्ट की तकलीफ नहीं है, या कोई कैंसर नहीं है, कोई कैंसर की दवाई नहीं खा रहे, तो यकीन मानो ये 1% या 1.5% चांस भी डैथ का नहीं है। ये आप ही हो जाना है। और कई बार देखने में आ रहा है, भी देख रहे हो कि कोरोना होया, बंदा बिल्कुल पॉजिटिव आ गया और वो बिल्कुल ठीक होंगे, वो तो कहते बंदा है ही नहीं कुछ जी, पर फिर भी क्योंकि एक आप चाहते हैं कि उन्होंने आप अलग कर दें, पर कई पता नहीं चलता भी होया तो ठीक हो जाता है। सो मेरी ये सारे देखने वाले यह बेनती है कि प्लीज उन्हों इन्ना पैनिक इन्ना सहम ना क्रिएट करो। ठीक है, आप सारे ने रल के इस बीमारी तो बचना जरूर है, सारे एहतियात वरतने हैं, सारिया गाइडलाइन वरतनी है, पर जे किसी को समाज में तुम आले दुआले देखते हो कि करोना हो गया या वो इंसान जिन्हों होया इन्ना सहमत वाली सहम सहम जान वाली कोई गल नहीं है। यस, तुसी आप दा फर्ज सिर्फ इन्ना कि तुसी सेहत महकमे ने जो गाइडलाइन दी है प्लीज उन्हों फॉलो करो, और मैं यकीन नाल कह सकता हाँ कि जे तुसी उन्होंने फॉलो करोगे तो काफ़ी चांसिस है, मोर दैन 95% चांसिस है कि तुसी तंदुरुस्त होकर दोबारा अपने कामकाज में शामिल हो जाओ। डॉक्टर साहब, एक प्रमुख सवाल बड़े सारे लोगों का साढ़े को आया, बड़े साढ़े साढ़े दर्शकों का आया कि जो करोना वायरस स्टार्ट होया सी मार्च के, कह लो अपने इंडिया के स्टार्टिंग उदों कोई हुई है, उस तो एक गल की जा रही थी भी वार्म वैदर जी आउटब्रेक है, देखो भी टैंपरेचर जो वेगा प्लस 27 डिग्री हो जाएगा उदों की मौसम का भी असर। देखो ये उस वे करोना की बीमारी क्योंकि पहली बार अपने सारे समाज में आई है, ये बारे शुरू शुरू बड़ी स्टडीज हुई है, रिसर्च हो रही है, दिन रात हूं भी हो रही है, तो प्रॉब्लम यह आई थी उस वे लगे शायद जो टैंपरेचर वेगा तो यहाँ जरा जी मार जी है समाज में घटेगी या करोना घटेगा, पर देखने में यह आया भी यदा टैंपरेचर न कोई बहुता ताल्लुक नहीं है। सो अज की डेट में यही आप मन के चलीए भी करोना टैंपरेचर नहीं इफेक्ट कर रहा, प्लीज जेडे अपने आप एहतियात वरतने हैं वो गर्मिया सोच के भी गर्मियों के करोना कि घट मार मारूगा, नहीं करोना ने उस तरह ही रहना, बचना आप गाइडलाइनस अपने को आप उदा ही बच सकते हैं। डॉक्टर साहब, एक सवाल सारे दर्शकों का एक आता है भाई मैनू किवें पता लगेगा भी मैनू करोना हो गया, जां मेरे विच कोई सिम्पटम ही नहीं आए, मैनू किवें पता लग सकदा मैनू करोना हैगा, भी मैं मैनू कित्थे जाना चाहिए टैसट कराउण दे लई, जां मैं टैसट जे ना करावां तां कई वारी मतलब एक वहम जिहा बणिया रहिंदा मन दे। बहुत इंपॉर्टेंट चीज़ है क्योंकि आप जिनी कोई चीज को लुका के रखांगे, जिन्ना आप डॉक्टर को नहीं जाके दसांगे, अपने घर में ही बह के करी जावांगे इलाज कोई और कोल, वो फिर बीमारी बढ़ती है। सो ये बड़े ही छोटे जे लक्षण है, अगर कोई इंसान अपने घर का फैमिली मैंबर या कोई आले दुआले वाला जिन्हों बुखार 5-6 दिन तो ठीक नहीं हो रहा, उन्होंने खंघ रेशा है, उन्होंने सह लैन प्रॉब्लम आ रही है, उसके को बाकी के काम नहीं, और कमजोरी हो रही है, वह पेट खराब हो रहा है, डायरिया हो रहा है, जिहड़ा कि कंट्रोल में नहीं आ रहा, तो मैं तुहानूं बेनती करूँगा कि नाल वाले किसी भी सेंटर में जाके, मैं क्योंकि सरकारी इदारे नाल काम कर रहा, मैं कहूँगा किसी भी सरकारी इदारे में आके अपनी तुसीं इह प्रॉब्लम दसोगे और इमीजिएटली असीं तुहाडा उत्थे ही कोशिश करांगे या उत्थे या नेड़े तेड़े वाले सेंटर में तुहाडा असीं करोना का टैसट लैके तो तुहानूं जिहड़ा भी कोई उहदा बंदा इलाज वह भी दसांगे, जे लोड़ पई तुहानूं दाखल भी करांगे, और जदों उहदी रिपोर्ट 2 दिन बाद आ जाती है उहदे अकॉर्डिंग भी फिर असीं जिहड़ा हैगा अपना ट्रीटमेंट भी उहदा करांगे। सो अज की डेट में जिन्हों भी बुखार खंघ रेशा सह लैन की प्रॉब्लम है वो प्लीज उन्होंने यह सोच के चलो कि मैं घर में नहीं बहना, मैं इनू बाहर जाके डॉक्टर यह सारी गल दसनी ही दसनी है, वो उस इंसान का फर्ज, उस फैमिली का फर्ज, तो मैं समझदा कि साढ़े सारे का फर्ज सारे समाज की। ठीक है डॉक्टर साहब, एक सवाल साढ़े को आया सी भी की मच्छर नाल भी करोना फैलता? देखो बिल्कुल है, मच्छर नाल नहीं फैलता, बिल्कुल है कोई कीड़े मकौड़े नाल, मच्छर नाल किसी होर कट्टन नाल इस तरह नहीं फैलता, बिल्कुल इहदे बारे कोई डरन वाली गल नहीं है। डॉक्टर साहब, करोना वायरस की गल हो गई, करोना वायरस किवें फैलता यह भी गल आपां कर ली, इहदे थोड़ी जी बचाव की आपां गल करिए, आपां थोड़ी जी इलाज की गल भी सानूं दसो
ਵੀ ਪੰਜਾਬ ਸਰਕਾਰ ਨੇ ਇਲਾਜ ਦਾ ਕੋਈ ਇਹਦਾ ਹੱਲ ਲੱਭਿਆ ਜਾਂ ਇੰਡੀਆ ਗਵਰਨਮੈਂਟ ਕੋਲ ਕੋਈ ਇਹਦਾ ਇਲਾਜ ਦਾ ਹੱਲ ਹੈ? ਦੇਖੋ ਏਦਾਂ ਹੈ, ਸਾਰਾ ਪਹਿਲਾਂ ਲੋਕੀ ਸਾਰੇ ਦੇਖਣ ਵਾਲਿਆਂ ਚ ਇਹ ਬਹੁਤ ਹੈ ਕਿ ਇੰਨੀ ਕੋਈ ਵੈਕਸੀਨ ਤਾਂ ਨਹੀਂ ਬਣੀ ਅਜੇ, ਕੋਈ ਟੀਕਾ ਤਾਂ ਨਹੀਂ ਬਣ ਗਿਆ, ਕੋਈ ਦਵਾਈ ਤਾਂ ਨਹੀਂ ਬਣ ਗਈ, ਸੋ ਅੱਜ ਦੀ ਡੇਟ ਵਿੱਚ ਰਿਸਰਚ ਬਹੁਤ ਹੋ ਰਹੀ ਹੈ, ਪਰ ਅੱਜ ਦੀ ਡੇਟ ਚ ਕੋਈ ਐਸਾ ਟੀਕਾ ਨਹੀਂ ਬਣਿਆ ਜਿਹੜਾ ਆਪਾਂ ਲਾਈਏ ਤਾਂ ਆਪਾਂ ਇਸ ਬਿਮਾਰੀ ਤੋਂ ਬਚ ਜਾਈਏ। ਕੋਈ ਐਸੀ ਦਵਾਈ ਪ੍ਰੀਵੈਂਸ਼ਨ ਵਾਲੀ ਨਹੀਂ ਬਣੀ ਵੀ ਹਾਂ ਇਹ ਖਾਵਾਂਗੇ ਤਾਂ ਆਪਾਂ ਨੂੰ ਇਹ ਪ੍ਰੋਬਲਮ ਤੋਂ ਨਹੀਂ ਹੋ ਸਕੇਗੀ। ਸੋ ਜਿਹੜੀ ਗੱਲ ਇਲਾਜ ਦੀ ਹੈ ਉਹ ਤੁਹਾਨੂੰ ਮੈਂ ਕਿਹਾ ਬੜੇ ਤਰੀਕੇ ਨਾਲ ਹੁੰਦਾ ਪਿਆ, ਜਿਹੜੇ ਏਸਿਮਟੋਮੈਟਿਕ ਹੈ ਜਿਹਨਾਂ ਨੂੰ ਕੋਈ ਚਿੰਨ ਨਹੀਂ ਹੈ ਉਹਨਾਂ ਦਾ ਅਲੱਗ ਤਰੀਕੇ ਨਾਲ ਹੈ, ਜਿਹਨੂੰ ਹੈਗਾ ਉਹਨੂੰ ਅਸੀਂ ਹੋਰ ਦਵਾਈ ਦਿੰਦੇ ਹਾਂ, ਜਿਹਨੂੰ ਇਸ ਤੋਂ ਵੀ ਅੱਗੇ ਹੈ ਵੈਂਟੀਲੇਟਰ ਦੀ ਲੋੜ ਹੈ ਉਹਨੂੰ ਵੈਂਟੀਲੇਟਰ ਤੇ ਪਾ ਰਹੇ ਹਾਂ, ਜਿਹੜਾ ਵੈਂਟੀਲੇਟਰ ਤੇ ਪਾ ਰਹੇ ਉਹਦਾ ਇਲਾਜ ਹੋਰ ਤਰੀਕੇ ਨਾਲ ਹੁੰਦਾ ਹੈ, ਜਿਹੜਾ ਉਸ ਤੋਂ ਥੱਲੇ ਵਾਲਾ ਹੈ ਜਿਹਨੂੰ ਖੰਘ ਰੇਸ਼ਾ ਨਮੋਨੀਆ ਜਾਂ ਸਾਹ ਲੈਣ ਉਹਦਾ ਅਸੀਂ ਹੋਰ ਤਰੀਕੇ ਨਾਲ ਕਰ ਰਹੇ ਹਾਂ, ਜਿਹਨੂੰ ਕੁਛ ਵੀ ਨਹੀਂ ਹੈਗੀ ਉਹਨੂੰ ਆਪਾਂ ਹੋਰ ਤਰੀਕੇ ਨਾਲ ਕਰ ਰਹੇ ਹਾਂ। ਸੋ ਬੜੇ ਪਲੈਨਡ ਇੱਕ ਤਰੀਕੇ ਨਾਲ ਪੇਸ਼ੈਂਟਸ ਦਾ ਇਲਾਜ ਹੋ ਰਿਹਾ। ਡਾਕਟਰ ਸਾਹਿਬ ਜੇ ਦਵਾਈ ਹੈ ਨਹੀਂ, ਜੇ ਵੈਕਸੀਨ ਆਪਣੇ ਕੋਲ ਉਪਲਬਧ ਨਹੀਂ ਤੇ ਆਪਾਂ ਪੇਸ਼ੈਂਟ ਦੇ ਵਿੱਚ ਸਿੰਪਟਮ ਆ ਗਿਆ, ਆਪਾਂ ਉਹਦਾ ਇਲਾਜ ਕੀ ਕਰਦੇ ਹਾਂ, ਉਹਨੂੰ ਕੀ ਦਵਾਈ ਦਿੰਦੇ ਹਾਂ? ਇਹਦੇ ਵਿੱਚ ਇਲਾਜ ਹੈਗਾ ਤੁਹਾਨੂੰ ਮੈਂ ਦੱਸ ਰਿਹਾ ਨਾ, ਜਿਹੜਾ ਕਿ ਮਤਲਬ ਦਵਾਈਆਂ ਹੀ ਹੈ ਉਹ ਇੱਕ ਆਮ ਬੰਦੇ ਨੂੰ ਅਸੀਂ ਨਹੀਂ ਮਤਲਬ ਹੁਣ ਪਤਾ ਹੋਣੀਆਂ ਚਾਹੀਦੀਆਂ, ਪਤਾ ਵੀ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਜੇ ਆਪਾਂ ਕਹੀਏ ਨਾ ਕਿ ਆਮ ਬੰਦੇ ਨੂੰ ਇਹ ਦੱਸ ਦਈਏ ਇਹਦਾ ਇਲਾਜ ਤਾਂ ਹੈ, ਤਾਂ ਤੁਸੀਂ ਯਕੀਨ ਮੰਨੋ ਘਰਾਂ ਦੇ ਵਿੱਚ ਲੋਕਾਂ ਨੇ ਲਿਆ ਕੇ ਰੱਖ ਲੈਣੇ। ਇੱਕ ਟਾਈਮ ਐਸਾ ਆਇਆ ਸੀਗਾ ਜਦੋਂ ਇੱਕ ਵਾਰੀ ਗੱਲ ਚੱਲੀ ਸੀ ਜੀ ਇਹ ਬਿਮਾਰੀ ਸ਼ਾਇਦ ਇਹ ਬਿਮਾਰੀ ਹੈ, ਇਹ ਦਵਾਈ ਖਾਵਾਂਗੇ ਤੇ ਬਿਮਾਰੀ ਤੋਂ ਅਸੀਂ ਬਚ ਜਾਵਾਂਗੇ, ਤੇ ਯਕੀਨ ਮੰਨੋ ਲੋਕਾਂ ਨੇ ਡੱਬੇ ਦੇ ਡੱਬੇ ਕੈਮਿਸਟਾਂ ਕੋਲੋਂ ਖਰੀਦ ਕੇ ਆਪ ਦੇ ਘਰਾਂ ਵਿੱਚ ਰੱਖ ਲਏ ਸੀ। ਸੋ ਮੇਰੀ ਇਹ ਬੇਨਤੀ ਹੈ ਕਿ ਇਹ ਵਾਲਾ ਇਲਾਜ ਵਾਲਾ ਕੰਮ ਸਾਡੇ ਸਿਹਤ ਵਿਭਾਗ ਤੇ ਛੱਡੋ, ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਬੜੇ ਪਲੈਨਡ ਤਰੀਕੇ ਨਾਲ ਤੁਹਾਡਾ ਇਲਾਜ ਹੋਏਗਾ, ਰੱਬ ਨਾ ਕਰੇ ਜੇ ਲੋੜ ਪਏ ਤੇ ਅਸੀਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਹੇ ਹਾਂ ਕਿ ਅਸੀਂ ਉਹਦਾ ਤੁਹਾਡਾ ਦੇਖ ਰੇਖ ਜਿੱਦਾਂ ਦੀ ਵੀ ਤੁਹਾਡੀ ਕੰਡੀਸ਼ਨ ਹੋਏਗੀ ਅਸੀਂ ਉਸ ਤਰੀਕੇ ਨਾਲ ਪੂਰਾ ਇਲਾਜ ਕਰਾਂਗੇ। ਡਾਕਟਰ ਸਾਹਿਬ ਇੱਕ ਦਰਸ਼ਕ ਵੱਲੋਂ ਸਵਾਲ ਆਇਆ ਵੀ ਪੰਜਾਬ ਸਰਕਾਰ ਨੇ ਪਿੱਛੇ ਜੇ ਇੱਕ ਹੋਮਿਓਪੈਥੀ ਦਵਾਈ ਆਰਸੈਨਿਕਮ ਐਲਬਮ ਦੇਖੋ ਉਹ ਬੜੀ ਵੱਡੀ ਪੱਧਰ ਤੇ ਵੱਡੀ ਬਿਲਕੁਲ ਐਦਾਂ ਹੈ, ਇਹ ਕਿੰਨੀ ਕੁ ਲਾਹੇਵੰਦ ਆ ਜਾਂ ਉਹਦਾ ਕਿੰਨਾ ਕੁ ਫਾਇਦਾ? ਦੇਖੋ ਕੁਛ ਇੱਕ ਚੀਜ਼ਾਂ ਆਈਆਂ ਜਿਹੜੀਆਂ ਹੋਮਿਓਪੈਥਿਕ ਆਯੁਰਵੈਦਿਕ ਹੋਰ ਵੀ ਆਈਆਂ, ਇਹ ਕੋਈ ਦਵਾਈ ਨਹੀਂ ਹੈਗੀ ਵੀ ਕਰੋਨਾ ਦੀ ਦਵਾਈ ਨਹੀਂ ਹੈ, ਇਹ ਸਿਰਫ ਆਪਣੇ ਜਿਹੜੀ ਜਿਵੇਂ ਆਪਾਂ ਕਹਿੰਦੇ ਨਾ ਇਹ ਆਪਾਂ ਕਈ ਵਾਰੀ ਕੋਈ ਬਾਹਰੋਂ ਕਮਜ਼ੋਰੀ ਫੀਲ ਕਰਦਾ ਵਿਟਾਮਿਨ ਖਾ ਲਈਏ, ਆਪਾਂ ਕੋਈ ਹੋਰ ਕੋਈ ਤਾਕਤ ਦੀ ਕੋਈ ਦਵਾਈ ਖਾ ਲਈਏ, ਸੋ ਇਹ ਕਹਿ ਸਾਰੀਆਂ ਦਵਾਈਆਂ ਤੁਹਾਡੀਆਂ ਸਿਰਫ ਬਾਡੀ ਨੂੰ ਸਟਰੋਂਗ ਕਰਨ ਵਾਸਤੇ ਆ, ਨਾ ਕਿ ਕਰੋਨਾ ਨੂੰ ਲੜਾਈ ਵਾਸਤੇ ਆ, ਇਮਿਊਨਿਟੀ ਇਨਕਰੀਜ਼ ਕਰਨ ਵਾਸਤੇ। ਸੋ ਪਲੀਜ਼ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਇਹਨੂੰ ਕਰੋਨਾ ਦੀ ਦਵਾਈ ਕਹਿ ਕੇ ਨਾ ਵੇਚੋ ਤੇ ਨਾ ਹੀ ਖਾਓ, ਠੀਕ ਹੈ? ਤੁਸੀਂ ਆਪਣਾ ਆਪਣੇ ਤੌਰ ਤੇ ਚਾਹੁੰਦੇ ਹੋ ਕਿ ਮੇਰੀ ਥੋੜੀ ਜਿਹੀ ਅੰਦਰ ਬਾਡੀ ਤੇ ਇਮਿਊਨਿਟੀ ਅੱਛੀ ਹੋ ਜਾਵੇ, ਤੁਸੀਂ ਇਹਨੂੰ ਲੈ ਸਕਦੇ। ਡਾਕਟਰ ਸਾਹਿਬ ਇੱਕ ਐਲੋਪੈਥੀ ਦਵਾਈ ਹਾਈਡਰੋਕਲੋਰੋਕੁਇਨ ਹੈ ਜੀ, ਉਹਦੀ ਬੜੀ ਗੱਲ ਚੱਲੀ ਸੀ ਪਿੱਛੇ ਜੇ ਵੀ ਇਹ ਕਿੰਨੀ ਕੁ ਲਾਹੇਵੰਦ? ਦੇਖੋ ਇਹਦੇ ਬਾਰੇ ਵੀ ਬੜੀ ਰਿਸਰਚ ਚੱਲਦੀ ਪਈ ਹੈ, ਅਜੇ ਤੱਕ ਕੋਈ ਡਾਕੂਮੈਂਟਡ ਪ੍ਰੂਫ ਐਸਾ ਨਹੀਂ ਆਇਆ ਵੀ ਇਹਨੂੰ ਪਹਿਲਾਂ ਖਾ ਲਾਂਗੇ ਤਾਂ ਨਹੀਂ ਹੋਏਗੀ, ਜੇ ਬਿਮਾਰੀ ਹੋ ਜਾਏਗੀ ਤੇ ਖਾ ਲਾਂਗੇ ਤੇ ਬਚ ਜਾਵਾਂਗੇ। ਸੋ ਇਹਦੇ ਬਾਰੇ ਵੀ ਪਲੀਜ਼ ਕਿਸੇ ਨੇ ਵੀ ਆਪਣੇ ਤੌਰ ਤੇ ਨਹੀਂ ਖਾਣੀ, ਡਾਕਟਰ ਦੀ ਸਲਾਹ ਨਾਲ ਪੁੱਛ ਕੇ ਕਿੰਨੀ ਇਹਦੀ ਵੀ ਡੋਜ਼ ਹੈਗੀ ਹੈ, ਰਾਈਟ? ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਸਲਾਹ ਦਊਂਗਾ ਪਲੀਜ਼ ਕਲੋਰੋਕੁਇਨ ਜਾ ਕੇ ਕੈਮਿਸਟ ਦੀ ਦਵਾਈ ਤੋਂ ਜਾ ਕੇ, ਇਹ ਨਹੀਂ ਹੈ ਕਿ ਬੱਚਿਆਂ ਨੂੰ ਵੱਡਿਆਂ ਨੂੰ ਚੁੱਪ ਚੁੱਪ ਕੇ ਕਲੋਰੋਕੁਇਨ ਖਵਾਈ ਜਾਈਏ, ਇਹਦੇ ਆਪਦੇ ਸਾਈਡ ਇਫੈਕਟਸ ਹੈ, ਕਿੰਨੀ ਡੋਜ਼ ਦੇਣੀ ਹੈ, ਇਹਦਾ ਅੱਖਾਂ ਤੇ ਅਸਰ ਹੁੰਦਾ ਹੈ, ਹਾਰਟ ਤੇ ਅਸਰ ਹੁੰਦਾ ਹੈ, ਸਾਡੇ ਮਿਹਦੇ ਤੇ ਅਸਰ ਹੁੰਦਾ ਹੈ, ਸੋ ਪਲੀਜ਼ ਇਹਨੂੰ ਏਦਾਂ ਆਵਾਗੋਨ ਦਵਾਈ ਨਹੀਂ ਖਾਣੀ। ਡਾਕਟਰ ਸਾਹਿਬ WHO ਨੇ ਵੀ ਸ਼ਾਇਦ ਇਹ ਗੱਲ ਕੁਛ ਦਿਨ ਪਹਿਲਾਂ ਕਹੀ ਹੈ ਵੀ ਹਾਈਡਰੋਕਲੋਰੋਕੁਇਨ ਜਿਹੜੀ ਕਰੋਨਾ ਦੀ ਦਵਾਈ ਨਹੀਂ ਹੈ ਜੀ। ਮੈਂ ਤੁਹਾਨੂੰ ਉਹੀ ਕਹਿ ਰਿਹਾ, ਇਹ ਸਾਰੇ ਮੈਂ ਦਰਸ਼ਕਾਂ ਨੂੰ ਇਹੀ ਦੱਸਣਾ ਚਾਹੁੰਦਾ ਵੀ ਇਹ ਬਾਰੇ ਰਿਸਰਚ ਬਹੁਤ ਹੋ ਰਹੀ ਹੈ, ਤੁਸੀਂ ਯਕੀਨ ਮੰਨੋ ਰੋਜ਼ ਦੇ ਰੋਜ਼ ਗਾਈਡਲਾਈਨਸ ਆ ਰਹੀਆਂ, ਕਿਉਂਕਿ ਇੱਕ ਨਵੀਂ ਬਿਮਾਰੀ ਇੱਕ ਸਾਨੂੰ ਫੇਸ ਕਰਨੀ ਪਈ ਹੈ ਸਾਰੇ ਵਰਲਡ ਵਿੱਚ, ਸੋ ਇਹਦੇ ਬਾਰੇ ਰਿਸਰਚ ਵਰਕ ਬਹੁਤ ਹੈ ਜੀ। ਸੋ ਰਿਸਰਚ ਤੁਸੀਂ ਮੰਨੋਗੇ ਸਵੇਰੇ ਗਾਈਡਲਾਈਨਸ ਹੋਰ ਹੁੰਦੀਆਂ, ਸ਼ਾਮ ਨੂੰ ਹੋਰ ਆ ਜਾਂਦੀਆਂ, ਸੋ ਮੈਂ ਤਾਂ ਹੀ ਕਹਿ ਰਿਹਾ ਕਿ ਪਲੀਜ਼ ਆਮ ਜਨਤਾ ਨੂੰ ਬੇਨਤੀ ਕਰਦਾ ਆਪਣੇ ਲੈਵਲ ਤੇ ਕੋਈ ਦਵਾਈ ਨਹੀਂ ਖਾਣੀ ਜੀ। ਸਾਡੇ ਦਰਸ਼ਕਾਂ ਨੂੰ ਹੁਣ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਵਧ ਰਹੇ ਹਾਂ, ਅਖੀਰ ਤੇ ਕੀ ਸੁਨੇਹਾ ਦੇਣਾ ਚਾਹੋਗੇ? ਮੇਰਾ ਸੁਨੇਹਾ ਹੈ ਕਿ ਕਰੋਨਾ ਦੀ ਬਿਮਾਰੀ ਦਾ ਇਲਾਜ ਬਚਾ ਹੀ ਹੈ, ਅੱਜ ਦੀ ਡੇਟ ਵਿੱਚ ਤੁਸੀਂ ਮੈਨੂੰ ਪੁੱਛੋਗੇ ਇਹਦਾ ਇਲਾਜ ਕੀ ਹੈ, ਤੇ ਮੈਂ ਕਹਾਂਗਾ ਬਚਾ, ਔਰ ਬਚਾ ਕਿੱਦਾਂ ਕਰਨਾ ਉਹ ਮੈਂ ਤੁਹਾਨੂੰ ਬੜੀ ਡਿਟੇਲ ਚ ਦੱਸਣਾ ਚਾਹੂੰਗਾ ਕਿ ਰੱਬ ਦੇ ਵਾਸਤੇ ਬਾਹਰ ਨਾ ਜਾਓ, ਜੇ ਬਾਹਰ ਜਾਣਾ ਹੈ ਤੇ ਇੱਕ ਅੱਧਾ ਬੰਦਾ ਪਲੀਜ਼ ਜਾ ਕੇ ਘਰ ਦੇ ਕੰਮ ਕਰ ਆਓ, ਜੇ ਬਹੁਤ ਜ਼ਰੂਰੀ ਹੈ ਤਾਂ ਉਹੀ ਕੰਮ ਕਰੋ, ਕਿ ਸੈਕਿੰਡਲੀ ਮਾਸਕ ਆਪਣੇ ਜਿਹੜੇ ਪਾ ਕੇ ਰੱਖੋ, ਹੱਥ ਜਿਹੜੇ ਆ ਸਾਬਣ ਔਰ ਪਾਣੀ ਨਾਲ ਧੋਵੋ, ਘਰ ਵਿੱਚ ਸਾਬਣ ਔਰ ਪਾਣੀ ਵਰਤੋ, ਆਫਿਸ 'ਚ ਸਾਬਣ ਔਰ ਪਾਣੀ ਵਰਤੋ, ਹਾਂ ਜੇਕਰ ਤੁਸੀਂ ਬਾਹਰ ਹੋ ਜਿਹੜਾ ਅਲਕੋਹਲ ਬੇਸਡ ਸੈਨੇਟਾਈਜ਼ਰ ਹੈ ਉਹਨੂੰ ਵੀ ਵਰਤੋ ਜਿਹੜਾ ਕਿ ਮੈਡੀਕੇਟਿਡ ਹੈ। ਥਰਡ ਆ ਜਾਂਦਾ ਹੈ ਕਿ ਕੋਸ਼ਿਸ਼ ਕਰੋ ਆਪਣੇ ਜਿਹੜੇ ਹੱਥ ਹੈ ਮੂੰਹ ਨੱਕ ਨੂੰ ਨਹੀਂ
ਲਗਾਣੇ ਜੇ ਆਪਾਂ ਇਹਨਾਂ ਮੂੰਹ ਨੱਕ ਤੇ ਨਹੀਂ ਲਾਵਾਂਗੇ ਤੇ ਕਾਫੀ ਹੱਦ ਤੱਕ ਇਥੋਂ ਬਚਾ ਸਕਦਾ ਸੋਸ਼ਲ ਡਿਸਟੈਂਸਿੰਗ ਆਪਾਂ ਬਾਜ਼ਾਰ ਵਿੱਚ ਮਾਰਕੀਟ ਵਿੱਚ ਜਾ ਕੇ ਇੱਕ ਇੱਕ ਦੁਕਾਨ ਦੇ ਵਿੱਚ ਭੀੜ ਪਾਵਾਂਗੇ ਤੁਸੀਂ ਮੰਨੋਗੇ ਕਿੰਨੇ ਟਾਈਮ ਚਾਂਸਸ ਹੈ ਕਿ ਜੇ ਇੱਕ ਬੰਦੇ ਨੂੰ ਵਿੱਚ ਕਰਾਉਣਾ ਹੈ ਤੇ ਜਿਹੜੇ ਨਾਲ ਦੇ ਜੇ ਭੀੜ ਪਾ ਕੇ ਬੈਠੇ ਹੋਵਾਂਗੇ ਉਹਨਾਂ ਨਾਲ ਦਿਆਂ ਨੂੰ ਵੀ ਸ਼ਾਮ ਤਾਈਂ ਜਾਂ ਤਿੰਨ ਚਾਰ ਦਿਨਾਂ ਵਿੱਚ ਕਰੋਨਾ ਦਾ ਸਿੰਪਟਮਸ ਆਉਣੇ ਸ਼ੁਰੂ ਹੋ ਜਾਣੇ ਆ ਸੋ ਇਹ ਗੱਲਾਂ ਛੋਟੀਆਂ ਛੋਟੀਆਂ ਆਪਣੀ ਡਾਇਟ ਅੱਛੀ ਰੱਖੋ ਨੀਂਦ ਪੂਰੀ ਕਰੋ ਜੇ ਕੋਈ ਸਿਗਰਟ ਵਗੈਰਾ ਪੀਂਦਾ ਉਹਨੂੰ ਬੰਦ ਕਰੇ ਕੋਈ ਅਲਕੋਹਲ ਜ਼ਿਆਦਾ ਸ਼ਰਾਬ ਵਗੈਰਾ ਸੇਵਨ ਕਰ ਰਿਹਾ ਬੰਦ ਕਰੇ ਨਸ਼ੇ ਦੀਆਂ ਕੋਈ ਗੋਲੀਆਂ ਖਾ ਰਿਹਾ ਬੰਦ ਕਰੇ ਆਪਣਾ ਇਮਿਊਨਿਟੀ ਸਿਸਟਮ ਸਟਰੋਂਗ ਕਰੋ ਸੈਰ ਕਰੋ ਖੁੱਲੀ ਹਵਾ ਵਿੱਚ ਫੇਫੜਿਆਂ ਦੇ ਐਕਸਰਸਾਈਜ਼ ਕਰੋ ਲੰਬੇ ਲੰਬੇ ਸਾਹ ਲਓ ਸੋ ਇਹ ਚੀਜ਼ਾਂ ਨਾਲ ਆਪਾਂ ਇਹਨੂੰ ਕਰੋਨਾ ਨੂੰ ਫਾਈਟ ਕਰ ਸਕਦੇ ਹਾਂ ਨਾ ਕਿ ਆਪਾਂ ਟੁੱਟ ਕੇ ਜਾਂ ਕੋਈ ਆਪਣੀ ਕੋਈ ਇਲਾਜ ਕਰਿਆ ਕਰਨ ਦਾ ਸੋ ਦਰਸ਼ਕੋ ਡਾਕਟਰ ਸਾਹਿਬ ਨੇ ਅਖੀਰ 'ਚ ਸਾਨੂੰ ਇਹ ਸੁਨੇਹਾ ਦਿੱਤਾ ਵੀ ਨਸ਼ਿਆਂ ਤੋਂ ਬਚੋ ਨਸ਼ੇ ਜਿਹੜੇ ਸਾਡਾ ਇਮਿਊਨਿਟੀ ਸਿਸਟਮ ਨੂੰ ਜਿਹੜਾ ਉਹ ਡੀਗ੍ਰੇਡ ਕਰਦੇ ਥੱਲੇ ਲੈ ਕੇ ਜਾਂਦੇ ਆ ਅਤੇ ਇਮਿਊਨਿਟੀ ਸਿਸਟਮ ਜੇ ਤੁਹਾਡਾ ਸਟਰੋਂਗ ਹੋਏਗਾ ਤਾਂ ਹੀ ਤੁਸੀਂ ਇਸ ਕਰੋਨਾ ਦੀ ਮਹਾਂਮਾਰੀ ਤੋਂ ਬਚ ਸਕੋਗੇ ਸੋ ਦਰਸ਼ਕੋ ਆਸ ਕਰਦੇ ਹਾਂ ਇਹ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਲਈ ਬਹੁਤ ਲਾਹੇਵੰਦ ਹੋਵੇਗਾ ਅਸੀਂ ਬਹੁਤ ਬਹੁਤ ਫਿਰ ਵੀ ਇੱਕ ਅਖੀਰ 'ਤੇ ਧੰਨਵਾਦ ਕਰਦੇ ਹਾਂ ਡਾਕਟਰ ਏ ਐੱਸ ਦੁੱਗਲ ਜੀ SMO CHC ਸ਼ਾਹਕੋਟ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਇਸ ਪੰਜਾਬ ਦਰਪਣ ਨਿਊਜ਼ ਦੇ ਸਟੂਡੀਓ ਵਿੱਚ ਆਏ ਅਤੇ ਦਰਸ਼ਕੋ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੋਗਰਾਮ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ ਸਵਾਲ ਤੁਹਾਡੇ ਜਵਾਬ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ